ਚੋਰਾਂ ਨੇ ਨਹੀਂ ਬਖਸ਼ੀ ਡੀਐਸਪੀ ਦੀ ਪਤਨੀ। ਡੀਐਸਪੀ ਦੀ ਪਤਨੀ ਦਾ ਪਰਸ ਕੀਤਾ ਚੋਰੀ। ਪਰਸ ਵਿੱਚ ਸੀ 1 ਲੱਖ ਰੁਪਏ ਦੀ ਨਕਦੀ। ਧੀ ਦੇ ਵਿਆਹ ਦੌਰਾਨ ਪਰਸ ਕੀਤਾ ਚੋਰੀ। ਤਾਂ ਦੱਸ ਦਈਏ ਇੱਕ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਡੀਐਸਪੀ ਦੀ ਪਤਨੀ ਦਾ ਪਰਸ ਚੋਰੀ ਕਰ ਲਿਆ ਗਿਆ। ਦੱਸਿਆ ਇਹ ਜਾ ਰਿਹਾ ਹੈ ਕਿ ਡੀਐਸਪੀ ਦੀ ਧੀ ਦਾ ਵਿਆਹ ਸੀ ਅਤੇ ਜਦੋਂ ਵਿਆਹ ਦੇ ਦੌਰਾਨ ਆਨੰਦ ਕਾਰਜ ਹੋ ਰਹੇ ਸੀ ਤਾਂ ਦੋ ਕੁੜੀਆਂ ਸੋਹਣੇ ਸੂਟ ਪਾ ਕੇ ਡੀਐਸਪੀ ਦੀ ਪਤਨੀ ਕੋਲ ਆ ਕੇ ਖੜ ਗਈਆਂ ਅਤੇ ਮੌਕਾ ਦੇਖ ਕੇ ਡੀਐਸਪੀ ਦੀ ਪਤਨੀ ਦਾ ਪਰਸ ਚੋਰੀ ਕਰਕੇ ਫਰਾਰ ਹੋ ਗਈਆਂ। ਦੱਸ ਦਈਏ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਡੀਐਸਪੀ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਦੇ ਪਰਸ ਦੇ ਵਿੱਚ 1 ਲੱਖ ਰੁਪਿਆ ਨਕਦ ਅਤੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਸ਼ਗਨ ਦੇ 50,000 ਰੁਪਏ ਅਤੇ ਨਾਲ ਹੀ ਉਹਨਾਂ ਦੇ ਡੈਬਿਟ ਕ੍ਰੈਡਿਟ ਕਾਰਡ ਅਤੇ ਫੋਨ ਵੀ ਮੌਜੂਦ ਸੀ। ਦੱਸ ਦਈਏ ਕਿ ਪੁਲਿਸ ਹੁਣ ਇਹਨਾਂ ਚੋਰਨੀਆਂ ਦੀ ਭਾਲ ਕਰ ਰਹੀ ਹੈ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਡੀਐਸਪੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਜਦੋਂ ਉਸਦੀ ਧੀ ਦਾ ਵਿਆਹ ਸੀ ਤਾਂ ਉਸ ਦੌਰਾਨ ਜਦੋਂ ਉਸਦੀ ਧੀ ਦੇ ਆਨੰਦ ਕਾਰਜ ਹੋ ਰਹੇ ਸੀ ਤਾਂ ਉਸਦੀ ਪਤਨੀ ਦਾ ਪਰਸ ਚੋਰੀ ਕਰ ਲਿਆ ਗਿਆ ਅਤੇ ਦੋ ਕੁੜੀਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸਦਾ ਕਹਿਣਾ ਹੈ ਕਿ ਉਸਦੀ ਪਤਨੀ ਜਦੋਂ ਆਨੰਦ ਕਾਰਜ ਵੇਲੇ ਅਰਦਾਸ 'ਚ ਖੜੀ ਹੋਈ ਤਾਂ ਜਿਹੜੀਆਂ ਦੋ ਕੁੜੀਆਂ ਉੱਥੇ ਮੌਜੂਦ ਸੀ ਉਹਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਪਰਸ ਚੁੱਕ ਕੇ ਫਰਾਰ ਹੋ ਗਈਆਂ। ਪਰਸ ਦੇ ਵਿੱਚ ਉਹਨਾਂ ਦੀ ਨਕਦੀ, ਮੋਬਾਈਲ ਫੋਨ, ਡੈਬਿਟ ਕ੍ਰੈਡਿਟ ਕਾਰਡ ਅਤੇ ਹੋਰ ਜ਼ਰੂਰੀ ਸਮਾਨ ਸੀ। ਦੱਸ ਦਈਏ ਕਿ ਹੁਣ ਪੁਲਿਸ CCTV ਖੰਗਾਲ ਰਹੀ ਹੈ ਅਤੇ ਜਿਹੜੀਆਂ ਦੋ ਕੁੜੀਆਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਵਿਆਹਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਚੋਰੀਆਂ ਹੋਈਆਂ ਹੋਣ, ਪਰ ਇੱਕ ਵਾਰ ਫਿਰ ਵਿਆਹ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਵਾਪਰੀ ਹੈ ਅਤੇ ਉਹ ਵੀ ਡੀਐਸਪੀ ਦੀ ਪਤਨੀ ਦੇ ਨਾਲ। ਡੀਐਸਪੀ ਦੀ ਪਤਨੀ ਦਾ ਪਰਸ ਚੋਰੀ ਕਰਕੇ ਇਹ ਕੁੜੀਆਂ ਫਰਾਰ ਹੋ ਗਈਆਂ ਨੇ। ਜਦੋਂ ਡੀਐਸਪੀ ਦੀ ਧੀ ਦਾ ਵਿਆਹ ਹੋ ਰਿਹਾ ਸੀ, ਆਨੰਦ ਕਾਰਜ ਹੋ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਉਦੋਂ ਇਹ ਪਰਸ ਚੋਰੀ ਕੀਤਾ ਗਿਆ ਹੈ। ਚੋਰਾਂ ਨੇ ਨਹੀਂ ਬਖਸ਼ੀ ਡੀਐਸਪੀ ਦੀ ਪਤਨੀ। ਡੀਐਸਪੀ ਦੀ ਪਤਨੀ ਦਾ ਪਰਸ ਕੀਤਾ ਚੋਰੀ। ਪਰਸ ਵਿੱਚ ਸੀ 1 ਲੱਖ ਰੁਪਏ ਦੀ ਨਕਦੀ। ਧੀ ਦੇ ਵਿਆਹ ਦੌਰਾਨ ਪਰਸ ਕੀਤਾ ਚੋਰੀ। ਤਾਂ ਦੱਸ ਦਈਏ ਇੱਕ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਡੀਐਸਪੀ ਦੀ ਪਤਨੀ ਦਾ ਪਰਸ ਚੋਰੀ ਕਰ ਲਿਆ ਗਿਆ। ਦੱਸਿਆ ਇਹ ਜਾ ਰਿਹਾ ਹੈ ਕਿ ਡੀਐਸਪੀ ਦੀ ਧੀ ਦਾ ਵਿਆਹ ਸੀ ਅਤੇ ਜਦੋਂ ਵਿਆਹ ਦੇ ਦੌਰਾਨ ਆਨੰਦ ਕਾਰਜ ਹੋ ਰਹੇ ਸੀ ਤਾਂ ਦੋ ਕੁੜੀਆਂ ਸੋਹਣੇ ਸੂਟ ਪਾ ਕੇ ਡੀਐਸਪੀ ਦੀ ਪਤਨੀ ਕੋਲ ਆ ਕੇ ਖੜ ਗਈਆਂ ਅਤੇ ਮੌਕਾ ਦੇਖ ਕੇ ਡੀਐਸਪੀ ਦੀ ਪਤਨੀ ਦਾ ਪਰਸ ਚੋਰੀ ਕਰਕੇ ਫਰਾਰ ਹੋ ਗਈਆਂ। ਦੱਸ ਦਈਏ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਡੀਐਸਪੀ ਨੇ ਦੱਸਿਆ ਹੈ ਕਿ ਉਸਦੀ ਪਤਨੀ ਦੇ ਪਰਸ ਦੇ ਵਿੱਚ 1 ਲੱਖ ਰੁਪਿਆ ਨਕਦ ਅਤੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਸ਼ਗਨ ਦੇ 50,000 ਰੁਪਏ ਅਤੇ ਨਾਲ ਹੀ ਉਹਨਾਂ ਦੇ ਡੈਬਿਟ ਕ੍ਰੈਡਿਟ ਕਾਰਡ ਅਤੇ ਫੋਨ ਵੀ ਮੌਜੂਦ ਸੀ। ਦੱਸ ਦਈਏ ਕਿ ਪੁਲਿਸ ਹੁਣ ਇਹਨਾਂ ਚੋਰਨੀਆਂ ਦੀ ਭਾਲ ਕਰ ਰਹੀ ਹੈ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਡੀਐਸਪੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਜਦੋਂ ਉਸਦੀ ਧੀ ਦਾ ਵਿਆਹ ਸੀ ਤਾਂ ਉਸ ਦੌਰਾਨ ਜਦੋਂ ਉਸਦੀ ਧੀ ਦੇ ਆਨੰਦ ਕਾਰਜ ਹੋ ਰਹੇ ਸੀ ਤਾਂ ਉਸਦੀ ਪਤਨੀ ਦਾ ਪਰਸ ਚੋਰੀ ਕਰ ਲਿਆ ਗਿਆ ਅਤੇ ਦੋ ਕੁੜੀਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸਦਾ ਕਹਿਣਾ ਹੈ ਕਿ ਉਸਦੀ ਪਤਨੀ ਜਦੋਂ ਆਨੰਦ ਕਾਰਜ ਵੇਲੇ ਅਰਦਾਸ 'ਚ ਖੜੀ ਹੋਈ ਤਾਂ ਜਿਹੜੀਆਂ ਦੋ ਕੁੜੀਆਂ ਉੱਥੇ ਮੌਜੂਦ ਸੀ ਉਹਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਪਰਸ ਚੁੱਕ ਕੇ ਫਰਾਰ ਹੋ ਗਈਆਂ। ਪਰਸ ਦੇ ਵਿੱਚ ਉਹਨਾਂ ਦੀ ਨਕਦੀ, ਮੋਬਾਈਲ ਫੋਨ, ਡੈਬਿਟ ਕ੍ਰੈਡਿਟ ਕਾਰਡ ਅਤੇ ਹੋਰ ਜ਼ਰੂਰੀ ਸਮਾਨ ਸੀ। ਦੱਸ ਦਈਏ ਕਿ ਹੁਣ ਪੁਲਿਸ CCTV ਖੰਗਾਲ ਰਹੀ ਹੈ।
ਉੱਤੇ ਜਿਹੜੀਆਂ ਦੋ ਕੁੜੀਆਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਵਿਆਹਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਚੋਰੀਆਂ ਹੋਈਆਂ ਹੋਣ, ਪਰ ਇੱਕ ਵਾਰ ਫਿਰ ਵਿਆਹ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਵਾਪਰੀ ਹੈ ਅਤੇ ਉਹ ਵੀ ਡੀਐਸਪੀ ਦੀ ਪਤਨੀ ਦੇ ਨਾਲ। ਡੀਐਸਪੀ ਦੀ ਪਤਨੀ ਦਾ ਪਰਸ ਚੋਰੀ ਕਰਕੇ ਇਹ ਕੁੜੀਆਂ ਫਰਾਰ ਹੋ ਗਈਆਂ ਨੇ। ਜਦੋਂ ਡੀਐਸਪੀ ਦੀ ਧੀ ਦਾ ਵਿਆਹ ਹੋ ਰਿਹਾ ਸੀ, ਆਨੰਦ ਕਾਰਜ ਹੋ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਉਦੋਂ ਇਹ ਪਰਸ ਚੋਰੀ ਕੀਤਾ ਗਿਆ ਹੈ।